ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਜੀ, ਮੈਂ ਹੀਨਾ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਸ ਤੋਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਚੈਨਲ ਦੇ ਥਰੂ ਤੁਹਾਡੇ ਨਾਲ ਸਟੱਡੀ ਵੀਜ਼ਾ ਵਿੱਚ ਆਉਣ ਵਾਲੀਆਂ ਅਪਡੇਸ਼ਨਸ ਡਿਸਕਸ ਕਰਦੇ ਹਾਂ, ਜਿਹਦੇ ਵਿੱਚ ਅਸੀਂ ਦੱਸਦੇ ਹਾਂ ਕਿ ਕਿਹੜੀਆਂ ਨਵੀਆਂ ਅਪਡੇਸ਼ਨਸ ਆਈਆਂ ਹਨ, ਉਹ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚਦੀਆਂ ਰਹਿਣ। ਸੋ ਅੱਜ ਦੇ ਮੇਰੇ ਇਸ ਟੋਪਿਕ ਦੇ ਦੌਰਾਨ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜੇ ਬੱਚੇ USA ਪੜ੍ਹਨ ਜਾਣਾ ਚਾਹੁੰਦੇ ਨੇ, ਉਹਨਾਂ ਦੇ ਲਈ ਯੂਨੀਵਰਸਿਟੀ ਬੈਸਟ ਹੈ ਜਾਂ ਕਾਲਜ। ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਕਿ ਅਸੀਂ ਅਸੈਸਮੈਂਟ ਕਿਸ ਤਰੀਕੇ ਨਾਲ ਕਰਦੇ ਹਾਂ। ਜਦੋਂ ਵੀ ਕੋਈ ਪ੍ਰੋਫਾਈਲ ਸਾਡੇ ਕੋਲ ਆਉਂਦੀ ਹੈ, ਸਭ ਤੋਂ ਪਹਿਲਾਂ ਅਸੀਂ ਉਹਦੀ ਸਟ੍ਰੀਮ, ਉਹਦੀ ਪਰਸੈਂਟੇਜ ਚੈੱਕ ਕਰਦੇ ਹਾਂ, ਉਹਦੇ ਬੈਂਡ ਸਕੋਰ ਚੈੱਕ ਕਰਦੇ ਹਾਂ। ਸੋ ਜਦੋਂ ਵੀ ਅਸੀਂ ਇਹ ਪ੍ਰੋਫਾਈਲ ਚੈੱਕ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ USA ਦੇ ਲਈ ਕੇਸ ਵਿਦਆਊਟ ਆਇਲਸ ਹੈ ਜਾਂ ਵਿਦ ਆਇਲਸ ਹੈ। ਸੋ ਵਿਦ ਆਇਲਸ ਹੋਣ ਤੋਂ ਬਾਅਦ ਅਸੀਂ ਪਰਸੈਂਟੇਜ ਵੀ ਚੈੱਕ ਕਰਦੇ ਹਾਂ ਕਿ ਤੁਹਾਡੀ ਪਰਸੈਂਟੇਜ 65 above ਹੈ ਜਾਂ 65 below ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਇਫੈਕਟ ਕਰਦੀਆਂ ਤੁਹਾਡੀ ਐਡਮਿਸ਼ਨਸ ਨੂੰ। ਬਹੁਤ ਸਾਰੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੈ ਕਿ ਸਾਡੀ ਅਕੈਡਮਿਕ ਰਿਕੁਆਇਰਮੈਂਟ 65 ਹੈ ਔਰ ਓਵਰਆਲ ਬੈਂਡ ਸਕੋਰ 6.5 ਜਾਂ 6 ਨੋਟ ਲੈਸ ਦੈਨ 5.5 ਹੈ। ਉੱਧਰ ਹੀ ਅਗਰ ਅਸੀਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਕਾਲਜਸ ਬਿਲੋ 60% ਵੀ ਐਕਸੈਪਟ ਕਰਦਾ ਔਰ ਵਿਦਆਊਟ ਆਇਲਸ ਵੀ ਐਕਸੈਪਟ ਕਰਦਾ। ਸੋ ਐਡਮਿਸ਼ਨ ਹਮੇਸ਼ਾ ਤੁਹਾਡੀ ਪ੍ਰੋਫਾਈਲ ਦੇ ਬੇਸ 'ਤੇ ਹੀ ਹੋਏਗੀ। ਜਿਸ ਤਰੀਕੇ ਦੀ ਪ੍ਰੋਫਾਈਲ ਹੋਏਗੀ, ਉਸ ਤਰੀਕੇ ਨਾਲ ਹੀ ਤੁਹਾਨੂੰ ਐਡਮਿਸ਼ਨ ਮਿਲੇਗੀ। ਸੋ ਜਦੋਂ ਵੀ ਅਸੀਂ ਅਪਲਾਈ ਕਰਨਾ ਹੈ, ਚਾਹੇ ਕਾਲਜ ਦੇ ਵਿੱਚ ਚਾਹੇ ਯੂਨੀਵਰਸਿਟੀ ਦੇ ਵਿੱਚ, ਅਸੀਂ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਪਲੱਸ ਜੋ ਅਸੀਂ ਪ੍ਰੀਵੀਅਸ ਸਟੱਡੀ ਪੜ੍ਹੀ ਹੈ ਉਹਦੇ ਵਿੱਚ ਅਸੀਂ ਕਿਹੜਾ ਕੋਰਸ ਲੈਣਾ, ਉਸ ਅਕੋਰਡਿੰਗ ਹੀ ਤੁਸੀਂ ਆਪਣਾ ਅਪਲਾਈ ਕਰਨਾ। ਜਦੋਂ ਵੀ ਅਸੀਂ ਅੰਬੈਸੀ ਦੇ ਵਿੱਚ ਜਾਂਦੇ ਹਾਂ ਇੰਟਰਵਿਊ ਦੇ ਲਈ, ਫਸਟ ਡੇ ਸਾਡਾ ਬਾਇਓਮੈਟ੍ਰਿਕ ਰਹਿੰਦਾ ਐਂਡ ਸੈਕਿੰਡ ਡੇ ਸਾਡੀ ਇੰਟਰਵਿਊ ਹੁੰਦੀ ਹੈ। ਇੰਟਰਵਿਊ ਦੇ ਦੌਰਾਨ ਕਦੀ ਵੀ ਅੰਬੈਸਡਰ ਕਦੀ ਵੀ ਇਹ ਦੇਖਣ 'ਚ ਨਹੀਂ ਆਇਆ ਕਿ ਅੰਬੈਸਡਰ ਨੇ ਤੁਹਾਡਾ +2 ਦਾ ਸਰਟੀਫਿਕੇਟ ਮੰਗਿਆ ਹੋਵੇ, ਤੁਹਾਡੇ ਕੋਲ ਆਇਲਸ ਮੰਗਿਆ ਹੋਵੇ। ਬੇਸਿਕਲੀ ਜਦੋਂ ਵੀ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਤੁਹਾਡੀ I-20 ਯਾਨੀ ਕਿ ਅਨਕੰਡੀਸ਼ਨਲ ਆਫਰ ਲੈਟਰ ਦੀ ਡਿਮਾਂਡ ਕਰਦੇ ਨੇ। ਤੁਸੀਂ ਜਦੋਂ ਉਹ ਦਿੰਦੇ ਹੋ, ਫਿਰ ਉਹ ਚੈੱਕ ਕਰਦੇ ਆ ਤੁਹਾਡਾ ਕੋਰਸ ਕੀ ਹੈ ਔਰ ਉਸ ਅਕੋਰਡਿੰਗ ਤੁਹਾਡੇ ਤੋਂ ਕੁਐਸਚਨ ਪੁੱਛਣਗੇ। ਸੋ ਦੇਖਿਆ ਜਾਏ ਇੱਥੇ ਇਹ ਚੀਜ਼ ਇਫੈਕਟ ਨਹੀਂ ਕਰਦੀ ਕਿ ਤੁਹਾਡਾ ਕੇਸ ਵਿਦ ਆਇਲਸ ਹੈ, ਬਿਲੋ 60% ਹੈ ਜਾਂ ਵਿਦਆਊਟ ਆਇਲਸ ਹੈ ਔਰ ਅਬਵ 65% ਹੈ। ਇੱਥੇ ਪਰਸੈਂਟੇਜ ਔਰ ਬੈਂਡ ਮੈਟਰ ਨਹੀਂ ਕਰ ਰਹੇ, ਇੱਥੇ ਤੁਹਾਡਾ ਕੋਰਸ ਔਰ ਜੋ ਤੁਸੀਂ ਸਟੱਡੀ ਲੈ ਰਹੇ ਹੋ ਔਰ ਜੋ ਤੁਸੀਂ ਪ੍ਰੈਜੈਂਟੇਸ਼ਨ ਦੇ ਰਹੇ ਹੋ, ਇਹ ਚੀਜ਼ ਮੈਟਰ ਕਰ ਰਹੀ ਹੈ। ਇਸ ਤੋਂ ਇਲਾਵਾ ਤੁਹਾਡਾ ਕੌਨਫੀਡੈਂਸ ਲੈਵਲ, ਕੌਨਫੀਡੈਂਸ ਲੈਵਲ ਇੰਟਰਵਿਊ 'ਚ ਹੋਣਾ, ਹਾਈ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਐਜ਼ ਏ ਸਟੂਡੈਂਟ ਤੁਸੀਂ ਫੋਰਨ ਕੰਟਰੀ ਦੇ ਵਿੱਚ ਪੜ੍ਹਨ ਜਾਣਾ, ਉਹ ਵੀ USA ਵਰਗੀ ਵੱਡੀ ਕੰਟਰੀ ਦੇ ਵਿੱਚ, ਉਹਦੇ ਵਿੱਚ ਤੁਸੀਂ ਜਾ ਕੇ ਕਿੱਦਾਂ ਸਰਵਾਈਵ ਕਰੋਗੇ, ਤੁਹਾਡੀ ਬੋਡੀ ਲੈਂਗੁਏਜ ਉਸੇ ਟਾਈਮ ਚੈੱਕ ਕਰ ਲੈਂਦੇ ਹੈ। ਔਰ ਅਸੀਂ ਬਹੁਤ ਵਾਰੀ ਇਹ ਵੀ ਚੀਜ਼ਾਂ ਸੁਣੀਆਂ ਨੇ ਕਿ ਅੰਬੈਸਡਰ ਆਇਆ ਸੀ, ਉਹਨੇ ਸਾਡੀ ਇੰਟਰਵਿਊ ਵੀ ਨਹੀਂ ਲਈ ਅਤੇ ਸਾਨੂੰ ਮਨ੍ਹਾ ਕਰ ਦਿੱਤਾ, ਵੀਜ਼ਾ ਰਿਜੈਕਟ ਕਰ ਦਿੱਤਾ। ਇਹੀ ਰੀਜ਼ਨ ਰਹਿੰਦਾ ਕਿ ਜਦੋਂ ਅਸੀਂ ਕੋਰਸ ਸਹੀ ਨਹੀਂ ਲੈਂਦੇ, ਸਾਡੀ ਬੋਡੀ ਲੈਂਗੁਏਜ ਨਹੀਂ ਸਹੀ, ਅਸੀਂ ਆਪਣੇ ਆਪ ਨੂੰ ਸਹੀ ਨਹੀਂ ਪ੍ਰੈਜੈਂਟ ਕਰ ਰਹੇ, ਇਸ ਕਰਕੇ ਉਹ ਬਿਨਾਂ ਇੰਟਰਵਿਊ ਲਏ ਵੀ ਰਿਜੈਕਟ ਕਰ ਦਿੰਦੇ ਨੇ। ਸੋ ਜਦੋਂ ਵੀ ਤੁਸੀਂ ਜਾਣਾ, ਫੁੱਲੀ ਤਿਆਰੀ ਦੇ ਨਾਲ ਜਾਣਾ। ਬ੍ਰੌਡਵੇ ਇਮੀਗ੍ਰੇਸ਼ਨ ਜਦੋਂ ਵੀ ਆਪਣਾ ਬੱਚਾ ਰੈਡੀ ਕਰਦੀ ਹੈ USA ਇੰਟਰਵਿਊ ਦੇ ਲਈ, ਅਸੀਂ ਬੱਚੇ ਨੂੰ ਪੂਰਾ ਦੱਸ ਕੇ ਲੈ ਕੇ ਜਾਂਦੇ ਹਾਂ ਕਿ ਤੁਸੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਪ੍ਰੈਜੈਂਟ ਕਰੋ, ਇਹ ਚੀਜ਼ਾਂ ਤੁਸੀਂ ਉੱਥੇ ਦੇਣੀਆਂ ਨੇ, ਆਪਾਂ ਸਾਰਾ ਗਾਈਡ ਕਰਕੇ ਜਾਂਦੇ ਹਾਂ। ਪਲੱਸ ਬ੍ਰੌਡਵੇ ਇਮੀਗ੍ਰੇਸ਼ਨ ਦੇ ਵਿੱਚ ਇੰਟਰਵਿਊ ਪ੍ਰਪਰੇਸ਼ਨ ਵੀ ਫ੍ਰੀ ਆਫ ਕੋਸਟ ਹੀ ਰਹਿੰਦੀ ਹੈ, ਜੋ ਵੀ ਕੇਸ ਸਾਡੇ ਤੋਂ ਅਪਲਾਈ ਹੋਣਗੇ। ਬਾਕੀ ਜਿਨ੍ਹਾਂ ਬੱਚਿਆਂ ਨੇ ਵੀ ਹਾਲੇ ਤੱਕ ਅਪਲਾਈ ਨਹੀਂ ਕੀਤਾ ਜਾਂ ਕਨਫਿਊਜ਼ਨ ਹੈ ਕਿਸੇ ਤਰ੍ਹਾਂ ਦੀ ਵੀ, ਤੁਸੀਂ ਸਾਡੇ ਹੈਲਪਲਾਈਨ ਨੰਬਰ 'ਤੇ ਕਾਲ ਕਰੋ, ਆਪਣੀ ਫਾਈਲ ਅਸੈਸ ਕਰਵਾਓ। ਅਗਰ ਤੁਹਾਡਾ ਕੇਸ ਐਲੀਜੀਬਲ ਹੈ, ਤੁਸੀਂ ਟਾਈਮ 'ਤੇ ਅਪਲਾਈ ਕਰੋ, ਕਿਉਂਕਿ ਇਸ ਟਾਈਮ 'ਤੇ US ਦਾ ਸਕਸੈਸ ਰੇਟ
ਬਹੁਤ ਹੀ ਜ਼ਿਆਦਾ ਵਧੀਆ ਚੱਲ ਰਿਹਾ। ਸੋ ਤੁਸੀਂ ਵੀਜ਼ਾ ਲੈ ਸਕਦੇ ਹੋ ਈਜ਼ੀਲੀ, ਚਾਹੇ ਤੁਸੀਂ ਵਿਦ ਆਇਲਸ ਹੋ, ਵਿਦਆਊਟ ਆਇਲਸ ਹੋ, ਜਾਂ ਤੁਹਾਡੀ ਜਿੰਨੀ ਵੀ ਪਰਸੈਂਟੇਜ ਹੈ। ਤੁਸੀਂ ਸਾਡੇ ਹੈਲਪਲਾਈਨ ਨੰਬਰ 'ਤੇ ਕਾਲ ਕਰੋ ਜੋ ਕਿ ਸਕਰੀਨ 'ਤੇ ਆ ਰਿਹਾ ਹੈ, 90238 90238। ਥੈਂਕ ਯੂ ਸੋ ਮਚ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।